ਡਾਕਟਰ ਸਾਹਿਬ ਨੇ ਬਜ਼ੁਰਗ ਹੈਗੇ ਬੜੇ ਉਹ 90-95 ਸਾਲ ਦੇ ਆ ਬਜ਼ੁਰਗ, ਉਹਨਾਂ ਨੇ ਆਪੇ ਜਿੰਨੇ ਡਾਕਟਰ ਹੈਗੇ ਉੱਥੇ ਸਾਰਿਆਂ ਨੂੰ ਬੁਲਾ ਰਿਹਾ, ਉਹਨਾਂ ਕਿਹਾ ਜੀ ਯਾਰ ਨਰਿੰਦਰ ਸਿੰਘ ਜਦੋਂ ਵੀ ਆਵੇ ਇਹਦੇ ਕੋਲ ਕੋਈ ਦਵਾਈ ਦਾ ਪੈਸਾ ਨਹੀਂ ਲੈਣਾ, ਕੋਈ ਚੀਜ਼ ਨਹੀਂ ਲੈਣਾ, ਫ੍ਰੀ ਦਵਾਈ ਦੇਣੀ ਆ ਅਤੇ ਇਹਨੂੰ ਠੀਕ ਆਪਾਂ ਕਰਨਾ ਵਾ। ਅਤੇ ਮੈਨੂੰ ਉਹਨਾਂ ਨੇ ਨਾਲੇ ਵੀ ਗੱਲ ਕਹੀ, ਕਹਿੰਦੇ ਵੀ ਚਿੰਤਾ ਨਾ ਕਰ, ਆਪਾਂ ਤੈਨੂੰ ਬਿਲਕੁਲ ਸਰੀਰ ਤੰਦਰੁਸਤ ਕਰ ਦਿਆਂਗੇ। ਅਤੇ ਉਦੋਂ ਏਜ ਵੀ ਥੋੜ੍ਹੀ ਹੈਗੀ ਸੀਗੀ, 24-25 ਸਾਲ ਦੀ ਏਜ ਹੀ ਗਈ ਸਾਰੀ, ਅਤੇ ਲਗਭਗ 10-15 ਸਾਲ ਠੀਕ ਵੀ ਰਿਹਾ। ਹੁਣ ਏਜ ਦਾ ਫਰਕ ਪਈ ਜਾਂਦਾ, 41-42 ਸਾਲ ਦੀ ਏਜ ਹੋ ਗਈ ਆ, ਏਜ ਦੇ ਹਿਸਾਬ ਦੇ ਨਾਲ ਉਹ ਸਰੀਰ ਜਿਹੜਾ ਉਹ ਕੰਮ ਕਰਨ ਨੂੰ ਹੱਟ ਜਾਂਦਾ, ਸਰੀਰ ਦਰਦ ਕਰਦਾ ਰਹਿੰਦਾ, ਸਭ ਕੁਝ ਕਰਦਾ ਰਹਿੰਦਾ। ਇਨਸਾਫ ਇਨਸੂਫ ਕੀ ਮਿਲਣਾ ਜੀ, ਡਾਕਟਰੀਆਂ ਦਵਾਈਆਂ ਕਿਹਨੇ ਦੇਣੀਆਂ ਅਤੇ ਕੀ ਆ। ਸਾਡੀ ਕੰਨਵਨ ਦੇ ਵਿੱਚ ਇੱਕ ਰਾਈਸ ਮਿੱਲ ਸੀਗੀ, ਰਾਈਸ ਮਿੱਲ ਦਾ ਆਪਾਂ ਕੰਮ ਕਰਦੇ ਸੀ। ਅਸੀਂ ਤਾਂ ਉਸ ਟਾਈਮ 'ਤੇ ਬੱਚੇ ਸੀਗੇ, ਅਤੇ ਵੱਡੇ ਭਾਅ ਜੀ ਸਾਡੇ ਮਨੋਹਰ ਸਿੰਘ ਸੀਗੇ ਜਿਹੜੇ, ਉਹ ਕੋਈ 20-22 ਸਾਲ ਦੇ ਸੀਗੇ, ਅਤੇ ਰਾਈਸ ਮਿੱਲ ਦਾ ਕੰਮ ਜਿਹੜਾ ਉਹ ਦੇਖਦੇ ਸੀਗੇ। ਸਾਡੇ ਪਿੰਡ ਦੇ ਵਿੱਚ ਪੁਲਿਸ ਗਈ, ਪੁਲਿਸ ਨੇ ਕੋਈ 2-3 ਨਜਾਇਜ਼ ਬੰਦੇ ਪਿੰਡ ਦੇ ਵਿੱਚੋਂ ਫੜ ਲਏ। ਭਾਪਾ ਜੀ ਸਰਪੰਚ ਸੀਗੇ, ਸਰਪੰਚ ਹੋਣ ਕਰਕੇ ਉਹਨਾਂ ਨੇ ਉਸ ਟਾਈਮ 'ਤੇ SHO ਬਸੰਬਰ ਦਾਸ, ਠਾਕਰ ਬਸੰਬਰ ਦਾਸ ਸੀਗਾ, ਉਹਨੇ ਜ਼ਬਰਦਸਤੀ ਉਹਨਾਂ ਮੁੰਡਿਆਂ ਨੂੰ ਪਿੰਡ 'ਚੋਂ ਚੁੱਕ ਲਿਆ। ਭਾਪਾ ਜੀ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਮੈਂ ਸਰਪੰਚ ਹਾਂ ਪਿੰਡ ਦਾ, ਮੈਂ ਇੱਦਾਂ ਬੰਦੇ ਨਹੀਂ ਖੜਨ ਦੇਣੇ ਹੈਗੇ। ਉਹ ਬਸੰਬਰ ਸਿੰਘ ਨੇ ਇਸ ਗੱਲ ਦੀ ਭਾਪਾ ਜੀ ਨਾਲ ਗੁੱਸਾ ਕੀਤਾ, ਘੇੜ ਕੱਢੀ। ਘੇੜ ਕੱਢਣ 'ਤੇ 2-3 ਮਹੀਨੇ ਬਾਅਦ ਸਾਡੇ ਭਾਈ ਮਨੋਹਰ ਸਿੰਘ ਨੂੰ ਬਸੰਬਰ ਦਾਸ ਨੇ ਚੁੱਕ ਕੇ ਲਿਆਂਦਾ। ਉਹਨਾਂ ਨੂੰ ਲਿਆ ਕੇ ਇੰਟੈਰੋਗੇਟ ਕੀਤਾ, ਬਹੁਤ ਮਾਰਿਆ ਕੁੱਟਿਆ, ਮਾਰ ਕੁੱਟਣ ਤੋਂ ਬਾਅਦ ਛੱਡ ਦਿੱਤਾ। ਇਸ ਤਰ੍ਹਾਂ ਉਹ ਬਸੰਬਰ ਸਿੰਘ ਹੈਗਾ ਜਿਹੜਾ ਠਾਕਰ, ਉਹ ਸਾਡੇ ਨਾਲ ਉਹਨੇ ਜਾਤੀ ਦੁਸ਼ਮਣੀ ਕਰ ਲਈ। ਜਾਤੀ ਦੁਸ਼ਮਣੀ ਦੇ ਵਿੱਚ ਇੰਨਾ, ਫਿਰ ਉਹਨੇ 2-3 ਵਾਰ ਭਾਅ ਜੀ ਨੂੰ ਫਿਰ ਫੜ ਫੜ ਕੇ ਇੱਦਾਂ ਬਹੁਤ ਮਾਰ ਕੁੱਟ ਕੀਤੀ। ਮਾਰ ਕੁੱਟ ਕਰਨ ਤੋਂ ਬਾਅਦ ਅਸੀਂ ਭਾਅ ਜੀ ਨੂੰ ਇੱਥੋਂ, ਸਾਡੇ ਕਲਕੱਤੇ ਸਾਡੇ ਤਾਇਆ ਜੀ ਰਹਿੰਦੇ ਸੀਗੇ, ਅਤੇ ਅਸੀਂ ਉਹਨਾਂ ਨੂੰ ਇੱਥੋਂ ਕਲਕੱਤੇ ਭੇਜਤਾ। ਉਹ ਭਾਅ ਜੀ 2-3 ਸਾਲ ਕਲਕੱਤੇ ਰਹੇ। 2-3 ਸਾਲ ਬਾਅਦ ਜਦੋਂ ਫਿਰ ਕਲਕੱਤੇ ਤੋਂ ਆ ਗਏ, ਆਉਣ ਤੋਂ ਬਾਅਦ ਫਿਰ ਬਸੰਬਰ ਦਾਸ ਨੇ ਉਹੀ ਕੰਮ ਫਿਰ ਫੜ ਕੇ ਭਾਅ ਜੀ ਨੂੰ ਵੀ ਇੰਟੈਰੋਗੇਟ ਕੀਤਾ, ਭਾਪਾ ਜੀ ਨੂੰ ਵੀ ਪਕੜ ਲਿਆ, ਉਹਨਾਂ ਨੂੰ ਵੀ ਮਾਰਿਆ ਕੁੱਟਿਆ। ਮੈਂ ਉਦੋਂ ਬੱਚਾ ਸੀਗਾ, ਮੈਨੂੰ ਵੀ ਫੜ ਲਿਆ, ਮੇਰੇ ਤੋਂ ਵੱਡੇ ਭਾਅ ਜੀ ਸੀ ਉਹਨਾਂ ਨੂੰ ਵੀ ਫੜਿਆ। ਸਾਰੇ ਪਰਿਵਾਰ ਨੂੰ ਮਤਲਬ ਬਹੁਤ ਹੀ ਉਹਨਾਂ ਨੇ ਤੰਗ ਜਲੀਲ ਕਰਨਾ ਸ਼ੁਰੂ ਕਰਤਾ, ਅਤੇ ਫਰਿਆਦ ਕੋਈ ਸੁਣਦਾ ਨਹੀਂ ਉਸ ਟਾਈਮ 'ਤੇ। ਪੁਲਿਸ ਜਿਹੜੀ ਸੀਗੀ ਉਹ ਪੂਰੀ ਮਤਲਬ ਬਦਮਾਸ਼ੀ ਕਰਦੀ ਸੀ ਪੰਜਾਬ 'ਚ, ਕੋਈ ਕਿਸੇ ਦਾ ਲਿਹਾਜ਼ ਨਹੀਂ, ਕਿਸੇ ਦੀ ਬੇਟੀ ਨਹੀਂ ਦੇਖਦੀ, ਕਿਸੇ ਦੀ ਮਾਂ ਨਹੀਂ ਦੇਖਦੀ। ਮਾਵਾਂ ਨੂੰ ਜਲੀਲ ਕੀਤਾ ਗਿਆ, ਬੇਟੀਆਂ ਨੂੰ ਜਲੀਲ, ਭੈਣਾਂ ਨੂੰ ਜਲੀਲ ਕੀਤਾ ਗਿਆ, ਬਹੁਤ ਤੰਗ ਪਰੇਸ਼ਾਨ ਕੀਤਾ। ਚਲੋ ਅਸੀਂ ਭਾਅ ਜੀ ਨੂੰ ਫਿਰ ਦੁਬਾਰਾ ਉੱਥੇ, ਜਦੋਂ ਪੁਲਿਸ ਨੇ ਫਿਰ ਦੁਬਾਰਾ ਫੜ ਕੇ ਛੱਡਿਆ, ਅਸੀਂ ਫਿਰ ਉਹਨੂੰ ਕਲਕੱਤੇ ਭੇਜ ਦਿੱਤਾ। ਕਲਕੱਤੇ ਭੇਜਣ ਤੋਂ ਬਾਅਦ ਉਹ ਫਿਰ 2 ਸਾਲ ਉੱਥੇ ਰਹੇ। ਉਸ ਤੋਂ ਬਾਅਦ ਪੁਲਿਸ ਨੇ ਉਹ ਜਿਹੜਾ ਕੰਮ ਆਪਣਾ ਜਾਰੀ ਰੱਖਿਆ, ਪਿੰਡ ਦੇ ਵਿੱਚ ਕੋਈ ਲਾਗੇ ਇਲਾਕੇ ਵਿੱਚ ਵਾਰਦਾਤ ਹੋ ਜਾਣੀ ਤਾਂ ਸਾਡੇ ਪਰਿਵਾਰ ਨੂੰ ਚੁੱਕ ਕੇ ਲਿਆਉਣਾ। ਮੈਨੂੰ ਜਦੋਂ ਜੀ ਪੁਲਿਸ ਨੇ ਫੜ ਕੇ ਲੈ ਕੇ ਗਏ ਆ, ਅਤੇ ਪਹਿਲਾਂ ਤਾਂ ਪੁਲਿਸ ਨੇ ਮੇਰੇ ਹੱਥ ਪੈਰ ਬੰਨ੍ਹ ਕੇ ਅਤੇ ਮੈਨੂੰ ਗੱਡੀ ਦੇ ਵਿੱਚ ਸੁੱਟਤਾ। ਗੱਡੀ 'ਚ ਸੁੱਟ ਕੇ ਅਤੇ ਪੁਲਿਸ ਨਾਲ ਲੈ ਕੇ ਮੈਨੂੰ ਚਲ ਗਈ। ਸਾਡੇ ਗੁਰਦਾਸਪੁਰ ਦੇ ਇੱਕ ਸਾਈਡ ਦੇ ਉੱਤੇ ਨਹਿਰ ਵਗਦੀ ਹੈ, ਨਦੀ ਨਦੀ ਦੇ ਕਿਨਾਰੇ ਇੱਕ ਇਹਨਾਂ ਦਾ ਰੈਸਟ ਹਾਊਸ ਸੀਗਾ, ਉਹ ਰੈਸਟ ਹਾਊਸ ਵਿੱਚ ਮੈਨੂੰ ਖੜਿਆ। ਰੈਸਟ ਹਾਊਸ 'ਚ ਖੜ ਕੇ ਪਹਿਲਾਂ ਤਾਂ ਮੈਨੂੰ ਉਹਨਾਂ ਨੇ ਉੱਥੇ ਬਿਲਕੁਲ ਅਲਫ ਨੰਗਾ ਕਰ ਦਿੱਤਾ, ਨੰਗਾ ਕਰਕੇ ਅਤੇ ਮੇਰੇ ਉੱਤੇ ਇੱਕ ਪਾਣੀ ਦਾ ਡਰੰਮ ਭਰ ਕੇ, ਉਹ ਪਾਣੀ ਦੇ ਡਰੰਮ ਵਿੱਚ ਡੋਬਿਆ ਮੈਨੂੰ ਉਹਨਾਂ ਨੇ। ਪਾਣੀ ਦੇ ਡਰੰਮ ਵਿੱਚ ਡੋਬਦੇ ਸੀ, ਡੋਬ ਕੇ ਬਾਹਰ ਕੱਢ ਲੈਂਦੇ ਸੀ, ਇੱਦਾਂ ਕਰਦੇ ਰਹੇ। ਕਰਨ ਤੋਂ ਬਾਅਦ ਫਿਰ ਮੈਨੂੰ ਉਹਨਾਂ ਨੇ ਮੇਰੀਆਂ ਲੱਤਾਂ, ਬਾਹਾਂ ਜਿਹੜੀਆਂ ਮੇਰੀਆਂ ਪਿਛਲੀ ਸਾਈਡ ਨੂੰ ਬੰਨ੍ਹ ਲਈਆਂ, ਬੰਨ੍ਹ ਕੇ ਅਤੇ ਮੇਰੀਆਂ ਲੱਤਾਂ ਨੂੰ ਫੜ ਕੇ ਲੱਤਾਂ ਨੂੰ ਚੀਰਨਾ ਸ਼ੁਰੂ ਕਰ ਦਿੱਤਾ। ਨਾਲ ਉਹਨਾਂ ਨੇ ਉੱਥੇ ਬੁਲਟ ਮੋਟਰਸਾਈਕਲ ਹੈਗਾ, ਇਨਫੀਲਡ ਮੋਟਰਸਾਈਕਲ, ਇਨਫੀਲਡ ਮੋਟਰਸਾਈਕਲ ਦਾ ਉਹਨੂੰ ਸਟਾਰਟ ਕਰਕੇ ਉਹਦਾ ਕਰੰਟ ਲਗਾਉਣਾ ਸ਼ੁਰੂ ਕਰਤਾ ਨਾਲ। ਇੱਦਾਂ ਮੈਨੂੰ ਕਾਫੀ ਉਹਨਾਂ ਉੱਥੇ ਤਸ਼ੱਦਦ ਕੀਤਾ, ਤਸ਼ੱਦਦ ਕਰਨ ਤੋਂ ਬਾਅਦ ਫਿਰ ਉਹ ਮੈਨੂੰ 2 ਘੰਟੇ ਬਾਅਦ ਉੱਥੋਂ ਲੈ ਗਏ। ਉੱਥੋਂ ਖੜ੍ਹ ਕੇ ਫਿਰ ਦੀਨਾਨਗਰ ਥਾਣੇ ਦੇ ਵਿੱਚ ਲੈ ਗਏ। ਦੀਨਾਨਗਰ ਥਾਣੇ ਦੇ ਵਿੱਚ ਬਲਜੀਤ ਸਿੰਘ ਹੈਗਾ ਇੱਕ SHO, ਅਤੇ ਇੱਕ ਨਾਲ ਉਹਦੇ ਸਾਡੇ ਪਿੰਡ ਦਾ ਹੀ ਥਾਣੇਦਾਰ, ਇੱਕ ਨਾਲ ਹੋਰ ਹੈਗਾ, 3 ਬੰਦੇ 3 ਥਾਣੇਦਾਰ ਹੈਗੇ।
ਉਹਨਾਂ ਤਿੰਨਾਂ ਥਾਣੇਦਾਰਾਂ ਨੇ ਉੱਥੇ ਫਿਰ ਮੈਨੂੰ ਫਿਰ ਤਸ਼ੱਦਦ ਕਰਨਾ ਸ਼ੁਰੂ ਕਰਤਾ। ਫਿਰ ਉੱਦਾਂ ਉਹਨਾਂ ਨੇ ਉੱਥੇ ਇਹੋ ਹੀ ਕੰਮ ਕੀਤਾ, ਫਿਰ ਕੱਪੜੇ ਉਤਾਰਤੇ ਸਾਰੇ, ਕੱਪੜੇ ਉਤਾਰ ਕੇ ਅਤੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮੇਰੀਆਂ ਲੱਤਾਂ ਵੀ ਚੀਰੀਆਂ, ਲੱਤਾਂ ਦੇ ਉੱਤੇ ਉਹਨਾਂ ਨੇ ਇੱਕ ਲੱਕੜ ਦਾ ਘੋਟਣਾ ਹੁੰਦਾ ਵਾ, ਉਹ ਘੋਟਣਾ ਫੇਰਨਾ ਸ਼ੁਰੂ ਕਰਤਾ ਉਹਦੇ ਉੱਤੇ, ਉਹ ਲੱਤਾਂ ਦੇ ਉੱਤੇ ਰੱਖ ਕੇ ਉੱਤੇ ਤਿੰਨ ਚਾਰ ਪੁਲਿਸ ਵਾਲੇ ਚੜ੍ਹ ਜਾਂਦੇ ਸੀ ਚੜ੍ਹ ਕੇ, ਅਤੇ ਫਿਰ ਉਹਨੂੰ ਘੁਮਾਉਂਦੇ ਸੀਗੇ ਉੱਤੇ, ਅਤੇ ਉਹ ਮਤਲਬ ਬਹੁਤ ਜ਼ਿਆਦਾ ਜਲੀਲ ਕੀਤਾ। ਉਦੋਂ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਮੇਰੀਆਂ ਬਾਹਾਂ ਬੰਨ੍ਹ ਕੇ, ਬਾਹਾਂ ਦੇ ਪਿਛਲੇ ਪਾਸੇ ਰੱਸਾ ਪਾ ਲਿਆ, ਰੱਸਾ ਪਾ ਕੇ ਬੰਨ੍ਹ ਕੇ ਸੱਤ ਦੇ ਨਾਲ ਲਟਕਾ ਦਿੱਤਾ। ਸੱਤ ਦੇ ਨਾਲ ਲਟਕਾ ਕੇ ਮੈਨੂੰ ਕੋਈ 2-2.5 ਘੰਟੇ ਉਹਨਾਂ ਨੇ ਸੱਤ ਦੇ ਨਾਲ ਇੱਦਾਂ ਪੁੱਠਾ ਲਟਕਾ ਛੱਡਿਆ। ਲਟਕਾਉਣ ਦੇ ਨਾਲ ਫਿਰ ਉਹਨਾਂ ਨੇ ਫਿਰ ਉੱਥੇ ਬੁਲਟ ਮੋਟਰਸਾਈਕਲ ਦਾ ਕਰੰਟ ਮੈਨੂੰ ਲਗਾਉਂਦੇ ਰਹੇ, ਨਾਲ ਮੇਰੇ ਉੱਤੇ ਮੋਮਬੱਤੀ ਜਿਹੜੀ ਕੈਂਡਲ ਹੁੰਦੀ ਆ, ਕੈਂਡਲ ਨੂੰ ਗਰਮ ਕਰਕੇ ਜਲਾ ਕੇ ਅਤੇ ਉਹ ਕੈਂਡਲ ਦਾ ਜਿਹੜਾ ਮੋਮ ਆ ਉਹ ਮੇਰੇ ਸਰੀਰ ਦੇ ਉੱਤੇ ਪਾਉਂਦੇ ਰਹੇ। ਮਤਲਬ 2-3 ਦਿਨ ਲਗਾਤਾਰ ਮੈਨੂੰ ਇੱਦਾਂ ਬੜਾ ਉਹਨਾਂ ਨੇ ਜਲੀਲ ਕੀਤਾ। ਜਲੀਲ ਜਦੋਂ ਫਿਰ ਮੈਨੂੰ ਛੱਡਦੇ ਉਦੋਂ ਸੀ ਜਦੋਂ ਮੈਂ ਬੇਹੋਸ਼ ਹੋ ਜਾਂਦਾ ਸੀਗਾ, ਬਿਲਕੁਲ ਬੋਲਣਾ ਚਾਲਣਾ ਛੱਡ ਦਿੰਦਾ ਸੀਗਾ। ਫਿਰ ਮੈਨੂੰ ਉਸ ਖੋਲ੍ਹ ਦਿੰਦੇ ਸੀਗੇ, ਖੋਲ੍ਹਣ ਤੋਂ ਬਾਅਦ ਜਦੋਂ ਮੈਨੂੰ ਫਿਰ ਹੋਸ਼ ਆਉਂਦੀ ਸੀਗੀ, ਹੋਸ਼ ਆਉਣ ਤੋਂ ਬਾਅਦ ਫਿਰ ਦੁਬਾਰਾ ਉਹੀ ਕੰਮ ਮੇਰੇ ਨਾਲ, ਮਤਲਬ ਲਗਾਤਾਰ ਉਹ 8-10 ਦਿਨ ਮੇਰੇ ਨਾਲ ਇੱਦਾਂ ਮੈਨੂੰ ਜਲੀਲ ਕਰਦੇ ਰਹੇ। ਮੈਨੂੰ 8-10 ਦਿਨ ਇੰਟੈਰੋਗੇਟ ਕਰਨ ਤੋਂ ਬਾਅਦ ਪੁਲਿਸ ਬਹੁਤ ਜ਼ਿਆਦਾ ਜਲੀਲ ਕਰਦੀ ਸੀ, ਬੜਾ ਪਰੇਸ਼ਾਨ ਕਰਦੀ। ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਜਿਹੜਾ ਮਨੋਹਰ ਸਿੰਘ ਆ ਉਹ ਕਲਕੱਤੇ ਆਪਣੇ ਤਾਏ ਕੋਲ ਰਹਿੰਦਾ ਵਾ, ਅਤੇ ਮੈਨੂੰ ਇਹ ਗੱਲ ਕਹਿੰਦੇ ਸੀਗੇ ਕਿ ਤੂੰ ਨਾਲ ਚੱਲ ਅਤੇ ਆਪਾਂ ਉਹਨੂੰ ਉੱਥੋਂ ਫੜ ਕੇ ਲਿਆਉਣਾ। ਮੈਂ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਕਲਕੱਤਾ ਮੈਂ ਦੇਖਿਆ ਨਹੀਂ, ਮੈਨੂੰ ਪਤਾ ਨੀਗਾ। ਕਹਿੰਦੇ ਨਹੀਂ ਤੂੰ ਦੇਖਿਆ, ਚਾਹੇ ਨਹੀਂ ਦੇਖਿਆ ਤੈਨੂੰ ਨਾਲ ਜਾਣਾ ਪਊ, ਤੂੰ ਭਰਾ ਤਾਂ ਆਪਣਾ ਦੇਖਿਆ ਹੀ ਨਾ, ਭਰਾ ਤਾਂ ਤੂੰ ਹੀ ਦੱਸ ਸਕਦਾ ਨਾ ਕਿੱਦਾਂ ਦਾ ਹੈਗਾ। ਉਹਨਾਂ ਨੇ ਇੱਥੋਂ ਕੋਈ ਗੱਡੀ ਇੱਕ ਲਈ, ਵੈਨ ਦੇ ਵਿੱਚ 3-4 ਪੁਲਿਸ ਵਾਲੇ, ਉਹਨਾਂ ਵਿੱਚ ਇੱਕ ਸਬ ਇੰਸਪੈਕਟਰ ਹੈਗਾ ਜਰਨੈਲ ਸਿੰਘ, ਨਾਲ ਉਹਦੇ ਹੈੱਡ ਕਾਂਸਟੇਬਲ ਜਸਵਿੰਦਰ ਸਿੰਘ ਅਤੇ ਅਮਰਜੀਤ ਸਿੰਘ, ਇੱਕ ਨਾਲ ਐੱਸ ਪੀ ਓ ਦਵਿੰਦਰ ਸਿੰਘ, 1-2 ਮੁਲਾਜ਼ਮ ਨਾਲ ਹੋ ਰਹੇ ਜਿਹਨਾਂ ਦਾ ਮੈਂ ਨਾਂ ਨਹੀਂ ਯਾਦ ਮੈਨੂੰ ਹੁਣ, ਅਤੇ ਉਹ ਇੱਥੋਂ ਮੈਨੂੰ ਨਾਲ ਲੈ ਕੇ ਅਤੇ ਕਲਕੱਤੇ ਨੂੰ ਚੱਲ ਪਏ। 2-3 ਦਿਨ ਵਿੱਚ ਆਪਾਂ ਕਲਕੱਤੇ ਪਹੁੰਚੇ ਹਾਂ, ਉੱਥੇ ਜਾ ਕੇ ਉਹਨਾਂ ਨੇ ਮਤਲਬ ਮੈਨੂੰ ਫਿਰ ਉੱਥੇ ਮਾਰਿਆ, ਇੱਕ ਹੋਟਲ 'ਤੇ ਰਾਤ ਰੱਖਿਆ, ਹੋਟਲ ਦੇ ਵਿੱਚ ਰਾਤ ਕਮਰੇ 'ਚ ਫਿਰ ਉਹਨਾਂ ਨੇ ਮੈਨੂੰ ਬਹੁਤ ਮਾਰਿਆ ਕੁੱਟਿਆ ਵੀ ਚੱਲ ਨਾਲ ਚੱਲ, ਅਤੇ ਅਸੀਂ ਫਿਰ ਉੱਥੇ ਮਤਲਬ ਚੱਲਦੇ ਚੱਲਦੇ ਜਿਹੜੇ ਜਿੱਥੇ ਤਾਏ ਜੀ ਰਹਿੰਦੇ ਸੀਗੇ ਉਹ ਜਗ੍ਹਾ 'ਤੇ ਪਹੁੰਚ ਗਏ। ਉੱਥੇ ਉਹ ਜਦੋਂ ਅਸੀਂ ਉਹ ਘਰ ਦੇ ਵਿੱਚ ਗਏ ਹਾਂ ਅਤੇ ਉਹ ਬਦਕਿਸਮਤੀ ਨਾਲ ਜਿਹੜਾ ਮੇਰਾ ਭਰਾ ਹੈਗਾ ਉਹ ਘਰ ਬੈਠਾ ਹੈਗਾ ਜਿਹੜੇ ਘਰ ਪੁਲਿਸ ਗਈ ਆ, ਪੁਲਿਸ ਨੇ ਉਹਨੂੰ ਉੱਥੋਂ ਚੁੱਕ ਲਿਆ, 2 ਮਿੰਟ ਵਿੱਚ ਹੀ ਉੱਥੋਂ ਚੁੱਕ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਗੱਡੀ 'ਚ ਸੁੱਟ ਲਿਆ। ਗੱਡੀ ਸੁੱਟ ਕੇ ਅਤੇ ਸਾਡੀ ਫਿਰ ਰਸਤੇ 'ਚ ਵਾਪਸੀ ਉਹਨਾਂ ਮਤਲਬ ਕਰਨੀ ਸ਼ੁਰੂ। ਫਿਰ ਰਸਤੇ ਸਾਨੂੰ ਉਹਨਾਂ ਨੇ ਇੱਕ ਜਗ੍ਹਾ ਉੱਥੇ ਡੱਕਿਆ, ਰਾਤ ਰੱਖ ਕੇ ਫਿਰ ਉਹਨੂੰ ਉੱਥੇ ਮਾਰਿਆ ਕੁੱਟਿਆ, ਮੈਨੂੰ ਵੀ ਮਾਰਿਆ ਕੁੱਟਿਆ ਬੜਾ। ਉਹਨੂੰ ਤਸ਼ੀਹੇ ਦਿੱਤੇ ਉੱਥੇ, ਉਹਦੀਆਂ ਲੱਤਾਂ ਚੀਰੀਆਂ, ਜੋ ਵੀ ਉਹਨਾਂ ਕੋਲ ਮਤਲਬ ਥਰਡ ਟਾਈਪ ਦਾ ਜਿੰਨਾ ਵੀ ਇੰਟੈਰੋਗੇਟ ਕੀਤਾ ਗਿਆ ਉਹਨਾਂ ਕੀਤਾ ਕਰਕੇ ਫਿਰ ਸਾਨੂੰ ਉੱਥੋਂ ਲੈ ਕੇ ਚੱਲ ਪਏ। ਉੱਥੋਂ 2 ਦਿਨ 'ਚ ਆਉਂਦੇ ਆਉਂਦੇ ਅਸੀਂ ਮਤਲਬ ਦਿੱਲੀ ਪਹੁੰਚ ਗਏ ਹਾਂ। ਦਿੱਲੀ ਦੇ ਲਾਗੇ ਫਿਰ ਰਾਤ ਮੈਨੂੰ ਹੁਣ ਉਹ ਥਾਣੇ ਦਾ ਨਹੀਂ ਨਾਂ ਦਾ ਪਤਾ, ਰਾਤ ਥਾਣੇ ਦੇ ਵਿੱਚ ਸਾਨੂੰ ਰੱਖਿਆ ਇਹਨਾਂ ਨੇ। ਉਹ ਥਾਣੇ ਦੇ ਵਿੱਚ ਸਾਡੇ ਸਾਈਨ ਵਗੈਰਾ ਵੀ ਹੋਏ, ਥਾਣੇ ਵਾਲੇ ਰੱਖਦੇ ਨਹੀਂ ਸੀ ਵੀ ਅਸੀਂ ਨਹੀਂ ਰੱਖਣਾ, ਇਹਨਾਂ ਬਕਾਇਦਾ ਉੱਥੇ ਸਾਡੇ ਰੋਜ਼ਨਾਮੇ ਵਿੱਚ ਸਾਈਨ ਹੋ ਕੇ ਅਤੇ ਫਿਰ ਉਹਨਾਂ ਸਾਨੂੰ ਉੱਥੇ ਰੱਖਿਆ, ਉੱਥੇ ਵੀ ਰਾਤ ਇਹਨਾਂ ਨੇ ਮਾਰਿਆ ਕੁੱਟਿਆ। ਉਸ ਤੋਂ ਬਾਅਦ ਫਿਰ ਉੱਥੋਂ ਦਿੱਲੀ ਤੋਂ ਵੀ ਚੱਲ ਪਏ ਹਾਂ, ਚੱਲ ਕੇ ਇੱਥੇ ਜਿਹੜੇ ਆ ਗਏ ਦੀਨਾਨਗਰ ਥਾਣੇ ਪਹੁੰਚ ਗਏ ਹਾਂ। ਦੀਨਾਨਗਰ ਥਾਣੇ ਦੇ ਵਿੱਚ ਜਦੋਂ ਆਣ ਕੇ ਪਹਿਲਾਂ ਤਾਂ ਸਾਨੂੰ ਦੋਵਾਂ ਨੂੰ ਇਕੱਠਿਆਂ ਨੂੰ ਇੱਕੋ ਇੱਕ ਕਮਰੇ ਵਿੱਚ ਬੰਦ ਕਰਤਾ। ਬੰਦ ਕਰਨ ਤੋਂ ਬਾਅਦ 10-15 ਮਿੰਟ ਬਾਅਦ ਪੁਲਿਸ ਵਾਲੇ ਆਏ ਅਤੇ ਉਹਨੂੰ ਬਾਹਰ ਕੱਢ ਕੇ ਲੈ ਗਏ। ਉਹਨੂੰ ਬਾਹਰ ਕੱਢ ਕੇ ਇਹਨਾਂ ਨੇ ਖੜ ਕੇ ਜਾ ਕੇ ਅਤੇ ਮਾਰਿਆ ਕੁੱਟਿਆ ਬਹੁਤ ਜ਼ਿਆਦਾ। ਮਾਰ ਕੁੱਟਣ ਤੋਂ ਬਾਅਦ ਉਹ ਫਿਰ ਇਹਨਾਂ ਨੇ ਉਹਨੂੰ ਲਿਆ ਕੇ ਫਿਰ ਮੇਰੇ ਲਾਗੇ ਕਮਰੇ ਵਿੱਚ ਸੁੱਟਤਾ। ਅਤੇ ਜਦੋਂ ਕਮਰੇ ਵਿੱਚ ਸੁੱਟਿਆ ਅਤੇ ਮੈਨੂੰ ਉਹ ਕਹਿਣ ਲੱਗਾ ਯਾਰ ਮੇਰੀਆਂ ਲੱਤਾਂ ਘੁੱਟ, ਮੈਨੂੰ ਬਹੁਤ ਜ਼ਿਆਦਾ ਮਾਰਿਆ ਕੁੱਟਿਆ। ਫਿਰ ਉਹਨੇ ਮੈਨੂੰ ਡਿਟੇਲ ਵਿੱਚ ਦੱਸਿਆ ਵੀ ਮੇਰੇ ਨਾਲ ਇੱਦਾਂ ਇੱਦਾਂ ਇਹਨਾਂ ਨੇ ਤਸ਼ੀਹੇ ਕੀਤੇ ਆ, ਮੇਰੀਆਂ ਲੱਤਾਂ ਚੀਰੀਆਂ ਵਾ, ਮੈਨੂੰ ਮਿਰਚਾਂ ਪਾ ਕੇ ਸਰੀਰ ਦੇ ਉੱਤੇ ਮਾਰ ਮਾਰ ਕੇ ਕਟਰ ਮਾਰ ਕੇ ਉਹਦੇ ਵਿੱਚ ਮਿਰਚਾਂ ਪਾਈਆਂ, ਮਿਰਚਾਂ ਪਾ ਕੇ ਉਹਦੇ ਨਾਲ ਬਹੁਤ ਜਲੀਲ ਕੀਤਾ। ਫਿਰ ਉਹ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਮਾਰਿਆ ਸੀ ਉਹਦੇ ਕੋਲ, ਉੱਠਿਆ ਬੈਠਿਆ ਨਹੀਂ ਜਾਂਦਾ। ਉਹ ਫਿਰ 1-2 ਘੰਟੇ ਅਸੀਂ ਇਕੱਠੇ ਰਹੇ ਹਾਂ, 1-2 ਘੰਟੇ ਇਕੱਠੇ ਰੱਖਣ ਤੋਂ ਬਾਅਦ ਫਿਰ ਪੁਲਿਸ ਨੇ ਸਾਨੂੰ ਦੋਵਾਂ ਨੂੰ ਅਲੱਗ ਅਲੱਗ ਕਰਤਾ, ਮੈਨੂੰ ਹੋਰ ਕਮਰੇ ਵਿੱਚ ਕਰਤਾ, ਉਹਨੂੰ ਹੋਰ ਕਮਰੇ 'ਚ ਕਰ ਦਿੱਤਾ। ਅਤੇ ਲਗਭਗ 15-20 ਦਿਨ ਇੱਦਾਂ ਹੀ ਸਾਨੂੰ ਅਲੱਗ ਅਲੱਗ ਦੋਵਾਂ ਨੂੰ ਰੱਖਿਆ। ਅਤੇ ਕਮਰਾ ਲਾਗੇ ਸੀਗਾ, ਆਵਾਜ਼ ਸੁਣ ਜਾਂਦੀ ਸੀ ਮੇਰੀ, ਉਹਦੇ ਨਾਲ ਮਾੜੀ ਮੋਟੀ ਗੱਲ ਹੁੰਦੀ ਸੀਗੀ। ਪਰ ਜਦੋਂ ਆਵਾਜ਼ ਮਾਰ ਕੇ ਮੈਂ ਉਹਨੂੰ ਪੁੱਛਦਾ ਸੀਗਾ ਤਾਂ ਉਹ ਦੱਸਦਾ ਸੀ ਵੀ ਮੈਨੂੰ ਬਹੁਤ ਜ਼ਿਆਦਾ ਮਾਰਿਆ ਅਤੇ ਮੈਨੂੰ ਇਹਨਾਂ ਨੇ ਮਾਰ ਦੇਣਾ ਹੁਣ, ਅਤੇ ਉਹ ਤੈਨੂੰ ਵੀ ਮਾਰਨ ਨੂੰ ਕਹਿ ਰਿਹਾ ਵੀ ਨਾਲ ਤੈਨੂੰ ਵੀ ਮਾਰਨਾ, ਅਤੇ ਮੈਂ ਉਹਨਾਂ ਦੀ ਇਹੋ ਮਿੰਨਤਾਂ ਕਰ ਰਿਹਾ ਕਿ ਮੈਨੂੰ ਭਾਵੇਂ ਮਾਰ ਦਿਉ ਵੀ ਇਹਨੂੰ ਨਾ ਮਾਰਿਓ, ਉਹਦਾ ਬੱਚੇ ਦਾ ਬੱਚਾ ਵਾ ਉਹਨੂੰ ਨਾ ਮਾਰੋ। ਅਤੇ ਅਖੀਰ ਉਹਨਾਂ ਨੇ 17 ਤਰੀਕ ਨੂੰ ਰਾਤ 1 ਵਜੇ, ਮੈਂ ਉਸ ਟਾਈਮ 'ਤੇ ਰਾਤ ਜਾਗਦਾ ਹੀ, ਨੀਂਦ ਤਾਂ ਆਉਂਦੀ ਨਹੀਂ, 1 ਵਜੇ ਉਹਨਾਂ ਨੇ ਕੱਢ ਕੇ ਮਨੋਹਰ ਸਿੰਘ ਨੂੰ
ਨਾਲ ਉਹਦੇ ਕੋਈ ਬਲਦੀਪ ਸਿੰਘ ਦਰਾਂਗਲਾ ਕਰਕੇ ਸੀਗਾ, ਇੱਕ ਨਾਲ ਕੋਈ ਅਣਪਛਾਤਾ ਬੰਦਾ ਕਰਕੇ, ਤਿੰਨ ਜਣਿਆਂ ਨੂੰ ਰਾਤੋਂ ਨਾਲ ਕੱਢ ਕੇ ਖੜਿਆ ਵਾ, ਅਤੇ ਉਹ ਦਰਾਂਗਲੇ ਦੇ ਲਾਗੇ ਜਾ ਕੇ ਅਤੇ ਹੱਥ ਪੈਰ ਬੰਨੇ ਸੀ ਅਤੇ ਗੋਲੀਆਂ ਮਾਰ ਕੇ ਮਾਰਤਾ। ਅਤੇ ਸਵੇਰੇ ਅਖਬਾਰ ਦੇ ਵਿੱਚ ਇਹ ਦਿੱਤਾ ਆ ਕਿ ਤਿੰਨ ਅੱਤਵਾਦੀ ਆ ਜਿਹੜੇ ਮੁਕਾਬਲੇ ਦੇ ਵਿੱਚ, ਬਲਦੇਵ ਸਿੰਘ ਦਰਾਂਗਲਾ, ਮਨੋਹਰ ਸਿੰਘ ਹਨੇਰੀ ਅਤੇ ਨਾਲੇ ਕਨਪਛਾਤਾ ਜਿਹੜਾ ਅੱਤਵਾਦੀ ਉਹ ਮਾਰੇ ਗਏ। ਮਾਰਨ ਤੋਂ ਬਾਅਦ ਉਹਨਾਂ ਸਾਡੇ ਪਰਿਵਾਰ ਨੂੰ ਕੋਈ ਉਹਦੀ ਲਾਸ਼ ਨਹੀਂ ਦਿੱਤੀ, ਕੋਈ ਪੋਸਟਮਾਰਟਮ ਬਾਰੇ ਨਹੀਂ ਦੱਸਿਆ, ਕੁਝ ਨਹੀਂ ਕੀਤਾ। ਉਹਨਾਂ ਨੇ ਗੁਰਦਾਸਪੁਰ ਦੇ ਇੱਕ ਸਿਵਿਆਂ ਦੇ ਵਿੱਚ ਉਹਨਾਂ ਦਾ ਸੰਸਕਾਰ ਕਰਤਾ ਵਾ। ਸੰਸਕਾਰ ਕਰਨ ਤੋਂ ਬਾਅਦ ਵੀ ਸਾਨੂੰ ਉਹਨਾਂ ਦੱਸਿਆ ਨਹੀਂ ਕੁਝ ਵੀ, ਇਹਦੀਆਂ ਅਸਥੀਆਂ ਲੈ ਜਾਓ ਜਾਂ ਇੱਦਾਂ ਜਾਂ ਕੁਝ ਨਹੀਂ ਦੱਸਿਆ ਉਹਨਾਂ ਨੇ ਸਾਨੂੰ। ਉਸ ਟਾਈਮ 'ਤੇ ਜੀ ਬਹੁਤ ਹੀ ਜ਼ਿਆਦਾ ਬਹੁਤ ਮਾੜਾ ਮਾਹੌਲ ਹੈਗਾ, ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਸੀਗਾ। ਪੁਲਿਸ ਇੰਨੀ ਗੁੰਡਾਗਰਦੀ ਕਰਦੀ ਸੀ, ਕੋਈ ਆਪਣੇ ਘਰ ਛੱਡ ਕੇ ਬਾਹਰ ਨਹੀਂ ਨਿਕਲਦਾ ਡਰਦਾ। ਇੰਨਾ ਕੁ ਜਲੀਲ ਕਰਦੇ ਸੀ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜਲੀਲ ਕਰੀ ਚਲੇ ਜਾਂਦੇ ਸੀ, ਮਾਰਦੇ ਕੁੱਟਦੇ ਸੀਗੇ। ਉਹ ਲੋਕ ਮਤਲਬ ਇੰਨੇ ਕੁ ਦੁਖੀ ਸੀਗੇ, ਜਿਹੜੇ ਮੁੰਡੇ ਵੀ ਇਹ ਲਹਿਰ ਵਿੱਚ ਤੁਰਨ ਦਾ ਕਾਰਨ ਇਹੋ ਹੋਇਆ ਵੀ ਉਹਨਾਂ ਨੂੰ ਨਜਾਇਜ਼ ਤੰਗ ਕੀਤਾ, ਨਜਾਇਜ਼ ਤੰਗ ਕਰਕੇ ਉਹਨਾਂ ਨੂੰ ਫੜ ਕੇ ਮਾਰਦੇ ਸੀ, ਕੁੱਟਦੇ ਸੀ, ਉਹਨਾਂ ਦੇ ਪਰਿਵਾਰ ਨੂੰ ਮਾਰਦੇ ਕੁੱਟਦੇ ਸੀ। ਉਹ ਜਦੋਂ ਉਹਨਾਂ ਕੋਲ ਤਸ਼ੱਦਦ ਨਹੀਂ ਚੱਲਿਆ ਜਾਂਦਾ ਤਾਂ ਉਹ ਹਾਰ ਕੇ ਘਰ ਛੱਡ ਕੇ ਬਾਹਰ ਨਿਕਲ ਜਾਂਦੇ ਸੀਗੇ। ਵੀ ਇਹ ਲਹਿਰ ਵਿੱਚ ਤੁਰ ਪਏ ਵੀ ਚਲੋ ਆਪਾਂ ਇਹਦੇ ਨਾਲ ਪੁਲਿਸ ਦੀ ਮਾਰ ਖਾਣ ਨਾਲੋਂ ਮਰਨਾ ਚੰਗਾ। ਕਿਹੋ ਜਿਹਾ ਇਨਸਾਫ ਹੋਣਾ ਚਾਹੀਦਾ? ਦੇਖੋ ਜੀ, ਇਨਸਾਫ ਤਾਂ ਸਾਨੂੰ ਤਾਂ ਕੋਈ ਜਿਹੜੀ ਇੰਡੀਆ ਦੀ ਗੌਰਮੈਂਟ ਆ ਜਾਂ ਪੰਜਾਬ ਦੀ ਗੌਰਮੈਂਟ ਆ, ਇਹ 'ਤੇ ਕੋਈ ਇਨਸਾਫ ਵਾਲੀ ਸਾਨੂੰ ਤਾਂ ਗੱਲ ਲੱਗਦੀ ਨਹੀਂ ਕਿ ਕਰ ਦੂਗੀ। ਕਿ 84 ਸਭ ਤੋਂ ਵੱਡੀ ਗੱਲ ਆ ਕਿ 84 ਦੇ ਦੰਗੇ ਹੋਏ, ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਦਿੱਲੀ ਦੇ ਵਿੱਚ ਸਾੜਿਆ ਗਿਆ, ਉਹਦੇ ਵਿੱਚ ਮੇਰਾ ਇੱਕ ਬ੍ਰਦਰ, ਮੇਰਾ ਇੱਕ ਤਾਈ ਦਾ ਬੇਟਾ ਸੀਗਾ, ਉਹਦੀ ਡੈਥ ਹੋਈ, ਉਹਨੂੰ ਗੋਲੀਆਂ ਮਾਰ ਕੇ ਮਾਰਿਆ, ਇੱਕ ਤਾਈ ਦੇ ਬੇਟੇ ਦੀ ਬਾਂਹ ਵੱਢੀ ਗਈ। ਅਤੇ ਸਾਡੇ ਕੋਈ ਕਲਕੱਤੇ ਉਦੋਂ 20-25 ਘਰ ਸੀਗੇ ਜਿਹੜੇ ਸਾਰੇ ਘਰ ਹੀ ਛੱਡ ਦਿੱਤੇ ਸੀ, ਅਤੇ ਲੱਖਾਂ ਕਰੋੜਾਂ ਰੁਪਇਆਂ ਦਾ ਨੁਕਸਾਨ ਹੋਇਆ ਸੀਗਾ। ਅੱਜ ਤੱਕ ਇੰਡੀਆ ਸਰਕਾਰ ਨੇ ਸਾਨੂੰ ਉਹਦਾ ਕੁਝ ਦਿੱਤਾ ਹੀ ਨਹੀਂ, ਮੁਆਵਜ਼ਾ ਹੀ ਨਹੀਂ ਦਿੱਤਾ। ਅਤੇ ਇਨਸਾਫ ਦੀ ਤਾਂ ਇਹਨਾਂ ਤੋਂ ਕੋਈ ਆਸ ਤਾਂ ਹੈ ਨਹੀਂ ਗੀ। ਅਤੇ ਮਹਾਰਾਜ ਹੀ ਆ, ਜੇ ਕੋਈ ਇਹਨਾਂ ਦੇ ਕੋਈ ਕਿਸੇ ਲੀਡਰ ਦੇ ਦਿਮਾਗ ਦੇ ਵਿੱਚ ਕੋਈ ਚੰਗੀ ਮੱਤ ਪਾ ਦੇ ਅਤੇ ਕੋਈ ਇਨਸਾਫ ਦੇ ਦੇ ਤਾਂ ਦੇ ਦੇ, ਵੈਸੇ ਤਾਂ ਆਸ ਤਾਂ ਹੈ ਨਹੀਂ ਕੋਈ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੇ ਲੀਡਰਾਂ ਨੇ, ਜਿਹੜੇ ਅਫਸਰਾਂ ਨੇ ਇਹ ਘਰੋਣੀਆਂ ਹਰਕਤਾਂ ਕੀਤੀਆਂ ਵਾ, ਇਹਨਾਂ ਨੂੰ ਸਜ਼ਾ ਮਿਲਣੀਆਂ ਚਾਹੀਦੀਆਂ ਵਾ। ਅਤੇ ਜਿਹੜੇ ਪਰਿਵਾਰਾਂ ਦੇ ਨਾਲ ਬੇਇਨਸਾਫੀ ਹੋਈ ਆ, ਪਰਿਵਾਰ ਇੱਥੇ ਪਿੰਡਾਂ ਦੇ ਵਿੱਚ ਇੰਨੇ ਆ ਕਿ ਖਤਮ ਹੀ ਕਰ ਛੱਡੇ ਆ, ਉਹ ਪਰਿਵਾਰਾਂ ਦਾ ਜੀਣਾ, ਰੋਟੀ ਪਾਣੀ ਖਾਣਾ ਮਾਲ ਹੋਇਆ, ਰੋਟੀ ਨਹੀਂ ਖਾਣ ਨੂੰ ਮਿਲ ਰਹੀ, ਦਿਹਾੜੀਆਂ ਕਰ ਕਰਕੇ ਗੁਜ਼ਾਰਾ ਕਰ ਰਿਹਾ। ਅਸੀਂ ਇੱਕ ਆਪ ਰਾਈਸ ਮਿੱਲ ਦੇ ਮਾਲਕ ਹੈਗੇ, ਜਦਕਿ ਸਾਡੀਆਂ ਅੱਜ 10 ਰਾਈਸ ਮਿੱਲਾਂ ਹੋਣੀਆਂ ਚਾਹੀਦੀਆਂ ਹੈਗੀਆਂ, ਅਤੇ ਅੱਜ ਅਸੀਂ ਸੜਕ 'ਤੇ ਤੁਰੇ ਫਿਰਨ ਦੇ ਹਾਂ। ਅਤੇ ਮੈਂ ਤਾਂ ਇਹੋ ਕਹਿੰਦਾ ਵਾਂ ਕਿ ਜਿਸ ਤਰ੍ਹਾਂ ਇਹਨਾਂ ਨੇ ਬਾਕੀ ਲੋਕਾਂ ਨੂੰ ਇਨਸਾਫ ਦਿੱਤਾ ਵਾ, ਕਿ ਜਿਹਨਾਂ ਖਾੜਕੂਆਂ ਨੇ ਜਿਹੜੇ ਬੰਦੇ ਮਾਰੇ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ, ਇਹਨਾਂ ਨੂੰ ਵੀ ਇਹ ਸੰਘਰਸ਼ਕ ਸਮਝ ਕੇ ਇਹਨਾਂ ਦੇ ਪਰਿਵਾਰਾਂ ਨੂੰ ਵੀ ਨੌਕਰੀਆਂ ਮਿਲਣੀਆਂ ਚਾਹੀਦੀਆਂ ਵਾ। ਜਿਹੜੀਆਂ ਜਨਾਨੀਆਂ ਇਹਨਾਂ ਦੀਆਂ ਵਿਧਵਾ ਬੱਚੇ ਤੁਰੇ ਫਿਰਦੇ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਉਹਨਾਂ ਨੂੰ ਨੌਕਰੀਆਂ ਮਿਲ, ਉਹ ਵੀ ਉਹਨਾਂ ਨੂੰ ਵੀ ਮਨ ਵਿੱਚ ਇਹ ਗੱਲ ਆਵੇ ਕਿ ਸਾਡੇ ਨਾਲ ਚਲੋ ਧੱਕਾ ਹੋਇਆ ਸੀਗਾ ਅਤੇ ਸਾਨੂੰ ਸਰਕਾਰ ਨੇ ਕੋਈ ਇਨਸਾਫ ਦਿੱਤਾ ਵਾ। ਤੁਸੀਂ ਇਹ ਚਾਹੁੰਦੇ ਹੋ ਵੀ ਅਸੀਂ ਜਿਹੜੀ ਤੁਹਾਡੀ ਵੀਡੀਓ ਬਣਾ ਰਹੇ ਹਾਂ ਇਹਨੂੰ ਅਸੀਂ ਇੰਟਰਨੈਟ 'ਤੇ ਜਾਂ ਟੀਵੀ 'ਤੇ ਇਹਨੂੰ ਦਿਖਾਈਏ ਜਾਂ ਕਿਤੇ ਵੀ ਪਬਲਿਸ਼ ਕਰ ਸਕਦੇ ਹਾਂ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ? ਦੇਖੋ ਜੀ, ਜੇ ਤਾਂ ਉਸ ਮਾਹੌਲ ਨੂੰ ਦੇਖਿਆ ਜਾਵੇ ਨਾ, ਤਾਂ ਇਤਰਾਜ਼ ਤਾਂ ਹੈ, ਡਰ ਲੱਗਦਾ ਕਿ ਜਿਹਨਾਂ ਨੇ ਉਸ ਟਾਈਮ 'ਤੇ ਸਾਡੇ ਨਾਲ ਤਾਂ ਹੋਈਆਂ, ਸਾਨੂੰ ਜੋ ਜਿੰਨਾ ਕੁ ਜਲੀਲ ਕੀਤਾ, ਸਾਨੂੰ ਮਾਰਿਆ ਕੁੱਟਿਆ, ਸਾਡੇ ਨਾਲ ਬਹੁਤ ਧੱਕੇ ਕੀਤੇ ਆ, ਅਤੇ ਇਸ ਗੱਲ ਤੋਂ ਡਰ ਵੀ ਲੱਗਦਾ। ਪਰ ਜੇ ਆਪਾਂ ਬੋਲਾਂਗੇ ਨਹੀਂ ਤਾਂ ਫਿਰ ਬੋਲੇਗਾ ਕੌਣ? ਕੋਈ ਬੋਲਣ ਵਾਲਾ ਵੀ ਹੋਵੇ, ਕੋਈ ਪਤਾ ਤਾਂ ਲੱਗੇ ਨਾ, ਕਿ ਦੁਨੀਆ ਨੂੰ ਪਤਾ ਲੱਗੇ, ਬਾਹਰਲੀਆਂ ਕੰਟਰੀਆਂ ਨੂੰ, ਅਮਰੀਕਾ, ਕਨੇਡਾ, ਅਰਬ ਵਗੈਰਾ ਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਸਾਡੇ ਸਰਦਾਰਾਂ ਨਾਲ ਕਿੰਨੇ ਧੱਕੇ ਹੋਏ ਆ। ਅਤੇ ਇਸ ਕਰਕੇ ਚਲੋ, ਜੇ ਕੋਈ ਭੁਗਤਣੀ ਵੀ ਪਏਗੀ ਤਾਂ ਭੁਗਤਣ ਨੂੰ ਵੀ ਤਿਆਰ ਹੋਵਾਂਗੇ, ਇਨਸਾਫ ਤਾਂ ਮਿਲਣਾ ਚਾਹੀਦਾ ਜੀ। ਇਸ ਤੋਂ ਇਲਾਵਾ ਹੋਰ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਤੁਹਾਡੇ ਮਨ 'ਚ ਕੁਛ ਹੈਗਾ? ਮਨ ਵਿੱਚ ਤਾਂ ਜੀ ਵਾਲੇ ਤਾਂ ਬੜੇ ਆ, ਬੜਾ ਕੁਝ ਹੈਗਾ ਵਾ, ਪਰ ਮਤਲਬ ਅਖੀਰ ਗੱਲ ਇੱਥੇ ਆਉਂਦੀ ਆ ਕਿ ਜਿਹੜੀ ਪੰਜਾਬ ਸਰਕਾਰ ਲੈ ਲਓ ਜਾਂ ਇੰਡੀਆ ਸਰਕਾਰ ਲੈ ਲਓ, ਇਹ ਸਿੱਖਾਂ ਦੇ ਨਾਲ ਬਿਲਕੁਲ ਬੇਇਨਸਾਫੀ ਕਰ ਰਹੀ ਆ। ਇਹ ਆਪਣੇ ਦੇਸ਼ ਦੇ ਇਹਨਾਂ ਨੂੰ ਵਸਨੀਕ ਨਹੀਂ ਗੀ ਸਮਝ ਰਹੀ, ਇਹਨਾਂ ਨਾਲ ਹਰ ਥਾਂ 'ਤੇ ਧੱਕਾ ਹੋ ਰਿਹਾ ਵਾ, ਇੱਕ ਥਾਂ 'ਤੇ ਨਹੀਂ, ਹਰ ਜਗ੍ਹਾ ਧੱਕਾ ਹੋ ਰਿਹਾ। ਅਤੇ ਧੱਕਾ ਕਰਨ ਵਿੱਚ ਮੈਂ ਤਾਂ ਇਹ ਗੱਲ ਸਮਝਦਾ ਵਾਂ ਕਿ
ਇੰਡੀਆ ਸਰਕਾਰ ਨਾਲੋਂ ਸਾਡੀ ਜਿਹੜੀ ਪੰਜਾਬ ਦੇ ਲੋਕ ਵਾ ਜਿਹੜੇ ਪੰਜਾਬ ਦੇ ਲੀਡਰ ਆ ਸਰਕਾਰਾਂ ਵਾ ਜਿਹੜੀਆਂ ਇਹ ਜ਼ਿਆਦਾ ਦੋਸ਼ੀ ਆ ਕਿਉਂ ਇਹ ਜੇ ਚਾਹੁਣ ਤਾਂ ਇਨਸਾਫ ਦਵਾ ਸਕਦੀਆਂ ਇਹ ਚਾਹੁੰਦੀਆਂ ਨਹੀਂ ਇਹ ਤਾਂ ਆਪਣਾ ਰੋਟੀ ਪਾਣੀ ਸਿੱਕਣ ਵਾਸਤੇ ਆਪਣੀਆਂ ਲੀਡਰੀਆਂ ਭਾਲਦੇ ਆ ਵੀ ਸਾਨੂੰ ਲੀਡਰੀਆਂ ਮਿਲਣੀਆਂ ਚਾਹੀਦੀਆਂ ਵਾ ਪੰਜਾਬ ਪਵੇ ਖੂਹ 'ਚ ਦੇਸ਼ ਪਵੇ ਖੂਹ 'ਚ ਅਸੀਂ ਕੀ ਲੈਣਾ।